ਅੱਜ ਆਪਾਂ ਸਾਰੇ ਉਸ ਵਿੱਚ ਵੀ ਹੋਈ ਰੂਹ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਇਕੱਤਰ ਹੋਏ ਹਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੱਚੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ ਦੇਹਾ ਚੀਰੀ ਲਿਖਿਆ ਦੇਹਾ ਹੁਕਮ ਗੁਰਬਾਣੀ ਘੱਲੇ ਆਵੇ ਨਾਨਕਾ ਸਦੇ ਉੱਠੀ ਜਾ ਕੇ ਰਾਣਾ ਲਾਓ ਨਾ ਬੋਲ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਦਰ ਦੀ ਆਪੋ ਆਪਣੀ ਵਾਰੀ ਦੇ ਮੁਤਾਬਕ ਸਭ ਨੇ ਚਲੀ ਜਾਣਾ ਕਿਸੇ ਨੇ ਇੱਥੇ ਨਹੀਂ ਰਹਿਣਾ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਸਭ ਨੇ ਜਾਣਾ ਇੱਕ ਦਿਨ ਕਿ ਜਗ ਸੁਪਨੇ ਵੀ ਨਿਆਈ ਹੈ ਇਹ ਜਗ ਹੈ ਜਿਹੜਾ ਸੰਸਾਰ ਹੈ ਜਿਵੇਂ ਧੂਏ ਦਾ ਪਹਾੜ ਹੁੰਦਾ ਉਸੇ ਤਰ੍ਹਾਂ ਹਵਾ ਆਉਂਦੀ ਹੈ ਬੜੀ ਤੇਜ਼ ਧੂਏ ਦਾ ਪਹਾੜ ਜਿਹੜਾ ਉਹਦਾ ਪਤਾ ਨਹੀਂ ਲੱਗਦਾ ਕਿਧਰ
Yeah.
ਸੰਸਾਰ ਦੇ ਵਿੱਚ ਰਹਿੰਦੇ ਆ ਜਿੱਥੇ ਆਪਣਾ ਪਰਿਵਾਰ ਪਾਲਣਾ, ਬੱਚੇ ਪਾਲਣੇ ਨੇ, ਬੱਚਿਆਂ ਦੀ ਪਰਵਰਿਸ਼
ਸਿਖਰ ਨਹੀਂ ਹੈ। ਉੱਥੇ ਸਤਿਗੁਰੂ ਸੱਜਣ ਪਾਤਸ਼ਾਹ ਸਾਹਿਬ ਕਹਿੰਦੇ ਨਾਲ ਨਾਲ ਪਿਆਰਿਆ ਨਾਮ ਦੀ ਕਮਾਈ ਵੀ ਕਰਨੀ ਹੈ, ਅੰਮ੍ਰਿਤ ਵੇਲੇ ਉੱਠਣਾ, ਚੌਕੜਾ ਮਾਰਨਾ, ਵਾਹਿਗੁਰੂ 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 ਜਪਣਾ, ਨਾਮ ਦੀ ਕਮਾਈ ਕਰਾਂਗੇ, ਇੱਥੇ ਵੀ ਸੁੱਖ ਮਿਲੇਗਾ ਤੇ ਅੱਗੇ ਵੀ ਸੁੱਖ ਮਿਲੇ। ਇਹਨਾਂ ਹੋਵੇ ਸੰਸਾਰ ਤੇ ਆਪਾਂ ਆਏ, ਸੰਸਾਰ ਤੇ ਜਿਹੋ ਜੇ ਆਏ ਹਾਂ ਉਹੋ ਜੇ ਚਲੇ ਜਾਈਏ। ਨਾਮ ਆਪਾਂ ਨੇ ਜਪਿਆ ਹੀ ਨਹੀਂ, ਨਾਮ ਦੀ ਕਮਾਈ ਆਪਾਂ ਨੇ ਕੀਤੀ ਨਹੀਂ। Okay.
ਕਬੀਰ ਸਾਹਿਬ ਨੇ ਸਮਝਾਉਣਾ ਕੀਤਾ, ਕਹਿਤ ਕਬੀਰ ਸੁਣੋ ਦੇ ਕੋਈ ਰਾਮ ਨਾਮ ਬਿਨ ਮੁਕਤ ਨਾ ਹੋਈ। ਰਾਮ ਨਾਮ ਤੋਂ ਬਿਨਾਂ ਮੁਕਤ ਨਹੀਂ ਹੋਣੀ, ਇਹ ਰਾਮ ਨਾਮ ਜਪਣਾ ਹੀ ਪੈਣਾ। ਕਬੀਰ ਸਾਹਿਬ ਗੁਰਬਾਣੀ ਦੇ ਅੰਦਰ ਸਮਝਾਉਂਦੇ ਨੇ ਭਾਈ ਨਾਮ ਜਪਣਾ ਪਵੇਗਾ, ਬਾਣੀ ਪੜ੍ਹਨੀ ਪਵੇਗੀ, ਸੇਵਾ ਸਿਮਰਨ ਕਰਨਾ ਪਵੇਗਾ, ਫਿਰ ਜਾ ਕੇ ਇਹ ਮਨੁੱਖਾ ਦੇਹੀ ਜਿਹੜੀ ਹੈ ਸਫਲੀ ਹੋ। ਹੋਆ ਸਤਿਗੁਰੂ ਮੈਂ ਪਾਇਆ।
ਬਹੁ ਨਾ ਭਾਗਿਆ ਤੇਰਾ ਵਿਗਾਰ ਬਸੁਖਾ ਦੀ ਮੁਕਤੀ ਨਾਲ ਜੋ ਪਾਸਾਈ ਸਮੂਹ ਪਰਿਵਾਰ ਵਿੱਚ ਲੋਕਾਂ ਦੇ ਸਾਡਾ ਨਾਸ ਕਰਨਾ ਸੁੱਖਾਂ ਦਾ ਪ੍ਰਵੇਸ਼ ਕਰਨਾ ਆਦਿ ਜੈਵੀ ਉਪਾਧੀ ਪ੍ਰਾਪਤੀ ਕੇ ਕਰਨਾ ਗੁਰਸਿੱਖੀ ਜੀਵਨ ਨਾਮ ਗਾਣ ਦੀ ਗਾਰ ਬਸੁਖਾ ਦੀ ਸਮੂਹ ਪਰਿਵਾਰ ਵੱਲੋਂ ਆਪ ਜੀ ਨੇ ਸੁੰਦਰ ਮਾਨ ਦੇ ਪੁੱਛਾ ਕੇ ਪਹਿਨਾਏ ਗਏ ਆਪਣੇ ਲਈ ਕਾਰਨ ਸੇਵਕਾਂ ਦੇ ਦੇਖ ਸਕੇ ਅੱਗੇ ਵਾਜੇ ਸਮਾਜ ਪ੍ਰਸ਼ਿਕਾ ਨੇ ਕਰੀ ਪੁਰਖ ਵਿਦਾਤਾ
ਇਹ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਾ ਕੇ ਇਹ ਜਿਹੜੇ ਲੋਕ ਅੱਗੇ ਇਹਨਾਂ ਦਾ ਸੱਚ ਹੈ ਔਰ ਝੂਠ ਖਰੀਦ ਕੇ ਗਿਆ। ਸਤ ਬਚਨ ਕਹਿ ਭਾਈ ਮਰਦਾਨਾ ਇਹਨੇ ਬਾਜ਼ਾਰ ਦੇ ਵਿੱਚ ਆਇਆ, ਇੱਕ ਦੁਕਾਨ ਦੇ ਵਿੱਚ ਗਿਆ, ਦੁਕਾਨਦਾਰ ਨੂੰ ਇਹ ਦੋ ਪੈਸੇ ਦਿੱਤੇ, ਮੰਗ ਕੀਤੀ ਕਿ ਮੈਨੂੰ ਸੱਚ ਅਤੇ ਝੂਠ ਪਿਆਰੀ ਹੈ। ਦੁਕਾਨਦਾਰ ਜਿਹੜਾ ਸੀ ਇਹ ਕਹਿਣ ਲੱਗਾ ਕਿ ਭਾਈ ਇਹ ਜਿਹੜਾ ਸੌਦਾ ਜਿਸ ਦੀ ਤੂੰ ਮੰਗੀ ਇਹ ਕਿਸ਼ਤਾ ਦਾ ਨਾਮ ਮੈਂ ਅੱਜ ਪਹਿਲੇ ਦਿਨ ਸੁਣੀ, ਮੇਰੀ ਦੁਕਾਨ ਦੇ ਵਿੱਚ ਇਹ ਸੌਦਾ ਨਹੀਂ, ਮੇਰੀ ਦੁਕਾਨ ਦੇ ਵਿੱਚ ਤਾਂ ਇਹ ਹਲਦੀ ਹੈ, ਮਿਰਚ ਮਸਾਲਾ ਚਾਹ ਪਤੀਲੇ ਦੇ ਰਹੇ, ਦੂਸਰੀ ਦੁਕਾਨ 'ਤੇ ਗਏ। ਦੂਸਰੀ ਦੁਕਾਨ 'ਤੇ ਜਾ ਕਰੇ ਗਏ, ਦੁਕਾਨਦਾਰ ਨੂੰ ਦੋ ਪੈਸੇ ਦੇ ਕੇ ਸੱਚ ਔਰ ਝੂਠ ਦੀ ਮੰਗ ਕੀਤੀ। ਇਹ ਵੀ ਬੜਾ ਹੈਰਾਨ ਹੋਇਆ ਕਿ ਨਾਮ ਸੁਣ ਕਰਕੇ ਇਹ ਦੁਕਾਨਦਾਰ ਭਾਈ ਮਰਦਾਨੇ ਨੂੰ ਕਹਿਣ ਲੱਗਾ, ਭਾਈ ਇਹ ਸੌਦਾ ਮੇਰੇ ਕੋਲ ਨਹੀਂ, ਅਗਲੀ ਦੁਕਾਨ 'ਤੇ ਜਾ ਕੇ ਪੁੱਛ। ਲੇਖ ਜਿਹੜਾ ਕਿ ਜਿਹੜਾ ਜਿਉਣਾ ਹੈ ਉਹ ਜ਼ਰੂਰ ਹੈ, ਮਰਨਾ ਜਿਹੜਾ ਉਹ ਸੱਚ ਹੈ। ਦੋ ਟਕੇ ਆਪਣੇ ਕੋਲ ਰੱਖ ਲਏ, ਕਾਗਜ਼ ਦੇ ਉੱਪਰ ਇਹ ਲੇਖ ਕਰਕੇ ਭਾਈ ਮਰਦਾਨੇ ਨੂੰ ਦੇ ਦਿੱਤਾ। ਭਾਈ ਮਰਦਾਨਾ ਸਤਿਗੁਰਾਂ ਦੇ ਕੋਲ ਚੱਲ ਕਰਕੇ ਆਇਆ। ਸਾਖੀ ਰਾਮੇਰੀ ਹੈ ਰੱਬ ਵਿਚਾਰ ਕਹਿਣ ਤੋਂ ਬਾਅਦ ਕਿ ਇਹ ਮੌਤ ਜਿਹੜੀ ਇਸ ਦੇ ਹਰ ਇੱਕ ਸਰੀਰ ਦੇ ਉੱਪਰ ਆਪਣੀ ਵਾਰੀ ਅਨੁਸਾਰ ਅਮਰਥ ਹੋਣਾ। ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੇ ਅੰਦਰ ਜ਼ਿਕਰ ਕਰਦੇ ਹਨ ਕਿ ਰਾਣਾ ਰਾਵ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਅੰਦਰ ਕੀ। ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਰਾਣਾ ਹੈ, ਚਾਹੇ ਕੋਈ ਵਿਦਵਾਨ ਹੈ, ਚਾਹੇ ਕੋਈ ਮੂਰਖ ਹੈ, ਚਾਹੇ ਕੋਈ ਪੜ੍ਹਿਆ ਹੈ, ਚਾਹੇ ਕੋਈ ਅਨਪੜ੍ਹ, ਔਰ ਚਾਹੇ ਕੋਈ ਮੂਰਖ ਹੈ, ਚਾਹੇ ਕੋਈ ਸਿਆਣ ਹੈ, ਇਹ ਤੋਂ ਤਾਕਤ ਕਿ ਜੇਕਰ ਕੋਈ ਪੀਰ ਪੈਗੰਬਰ ਰਹਿਬਰ ਵੀ ਹੋਇਆ ਸਰੀਰ ਕਰਕੇ ਉਹ ਵੀ ਸੰਸਾਰ ਦੇ ਵਿੱਚ ਨਹੀਂ ਗਏ, ਪਹਿਲੇ ਸਮੇਂ ਦੇ ਵਿੱਚ ਚਲੇ ਗਏ, ਹੁਣ ਜਾ ਰਹੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਚਲੇ ਜਾਂਦੇ, ਕੋਈ ਸਰੀਰ ਕਰਕੇ ਇਸ ਸੰਸਾਰ ਦੇ ਵਿੱਚ ਨਹੀਂ ਗਏ। ਹੁਣ ਦੋ ਮਿੰਟ ਵਾਸਤੇ ਆਪਾਂ ਵਿਚਾਰ ਕਰੀ ਫਿਰ ਸਮਾਪਤੀ ਕਰੀ ਕਿ ਇਹ ਮਨੁੱਖ ਜਿਹੜਾ ਇਸ ਸੰਸਾਰ ਦੇ ਵਿੱਚ ਜਨਮ ਲੈ ਕਰਕੇ ਸਾਰੀ ਉਮਰ ਬੜੇ ਇਹ ਕੰਮ ਕਰਦਾ, ਬੜੇ ਇਹ ਦੂਜੇ ਕਰਦਾ, ਧਨ ਦੌਲਤ ਪਦਾਰਥ ਇਕੱਤਰ ਕਰਦਾ, ਇਕੱਠੇ ਕਰਦਾ। ਵਿਚਾਰ ਇਹ ਹੈ ਕਿ ਜਿਸ ਵਕਤ ਇਹ ਜੀਵ ਇਸ ਲੋਕ ਤੋਂ ਪਰਲੋਕ ਨੂੰ ਜਾਂਦਾ ਹੈ ਅਤੇ ਜੀਵ ਦੇ ਨਾਲ ਕਿਹੜੀ ਚੀਜ਼ ਲਈ ਕੇ ਜਾਂਦੀ ਹੈ ਜਿਹੜੀ ਲੋਕ ਦੇ ਪਰਲੋਕ ਦੇ ਰਸਤੇ ਦੇ ਵਿੱਚ ਜੀਵ ਦੀ ਸਹਾਇਤਾ ਕਰਦੀ। ਗਰੜ ਪੁਰਾਣ ਦਾ ਕਰਤਾ ਜਿਹੜਾ ਹੋਇਆ ਉਸਨੇ ਕਿਤੇ ਗਰੜ ਪੁਰਾਣ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਿਹੜਾ ਮਨੁੱਖ ਹੈ ਆਪਣੇ ਪਾਪਾਂ ਔਰ ਉਹਨਾਂ ਦਾ ਪ੍ਰੇਰਿਆ ਹੋਇਆ ਨਰਕ ਗਾਮੀ ਔਰ ਸਵਰਗ ਗਾਮੀ ਹੈ, ਜਿਹਨੇ ਪੁੰਨ ਕੀਤੇ ਉਹ ਸਵਰਗਾਂ ਦੇ ਵਿੱਚ ਜਾਂਦਾ, ਜਿਹਨੇ ਪਾਪ ਕਰਮ ਕੀਤੇ ਉਹ ਨਰਕਾਂ ਦੇ ਵਿੱਚ ਜਾਂਦਾ। ਅਤੇ ਇਸ ਤੋਂ ਅੱਗੇ ਇਹ ਗਰੜ ਪੁਰਾਣ ਦਾ ਕਰਤਾ ਇਹ ਲਿਖਦਾ ਕਿ ਪ੍ਰਾਣੀ ਦੇ ਢਾਰੇ ਕਰਨ ਤੋਂ ਉਪਰੰਤ ਜੋ ਪਰਿਵਾਰ ਦੇ ਮੈਂਬਰ ਕੋਈ ਮਾਸਟਰ ਹੈ, ਕੋਈ ਬਰਤਨ ਹੈ, ਕੋਈ ਜੋੜਾ ਇਹ ਆਦਿਕ ਰਜਾਈ ਜਿਸਦਾ ਆਦਿਕ ਬ੍ਰਾਹਮਣ ਨੂੰ ਹੁੰਦਾ ਅਤੇ ਉਹ ਬ੍ਰਾਹਮਣ ਦੇ ਰਾਹੀਂ ਇਹ ਸਾਰੀਆਂ ਜਿਹੜੀਆਂ ਮਸਤੀਆਂ ਜਿਹੜਾ ਗੇਟ ਹੈ ਉਹ ਨਰਕ ਦੇ ਵਿੱਚ ਹੈ, ਸਵਰਗ ਦੇ ਵਿੱਚ ਉਸਨੂੰ ਪ੍ਰਾਪਤ ਹੁੰਦੀਆਂ ਮਿਲਦੀਆਂ। ਇਸ ਤੋਂ ਅੱਗੇ ਇਹ ਗਰੜ ਪੁਰਾਣ ਦਾ ਕਰਤਾ ਹੋਰ ਲਿਖਦਾ ਕਿ ਜਿਸ ਵਕਤ ਇਹ ਜੀਵ
ਤਾਂ ਲੋਕ ਲਿਆਂਦਾ ਤੇ ਰਸਤੇ ਦੇ ਵਿੱਚ ਇੱਕ ਵੈਰ ਕਰਨੀ ਨਦੀ ਹੁੰਦੀ ਜਿਹੜੀ ਕਿ ਖੂਨ ਔਰ ਪਾਪ ਦੀ ਭਰੀ ਹੋਈ ਕਰਦੀ ਹੈ ਤੇ ਇਹ ਪ੍ਰਾਣੀ ਨੂੰ ਇਹ ਨਦੀ ਜਿਹੜੀ ਹੈ ਇਹ ਗਊ ਦੀ ਪੂਰਤ ਪਕੜ ਕੇ ਫੜ ਕੇ ਪਾਰ ਕਰਨੀ ਹੁੰਦੀ ਹੈ ਇਹ ਗਊ ਜਿਹੜੀ ਹੈ ਉਸ ਨੂੰ ਪਾਰ ਕਰਦੀ ਹੈ ਜਿਸ ਮਨੁੱਖ ਨੇ ਜਿਉਂਦੇ ਜੀ ਗਊ ਜਿਹੜੀ ਹੈ ਉਹ ਦਾਨ ਕੀਤੀ ਹੈ ਜਿਸਨੇ ਗਊ ਦਾਨ ਨਹੀਂ ਕੀਤੀ ਉਹ ਇਸ ਵੈਰਨੀ ਨਦੀ ਦੇ ਪੀਲੇ ਉਹ ਡੁੱਬ ਜਾਂਦਾ ਹੈ ਉਹ ਡੁੱਟ ਇਹ ਆਦਿਕ ਇਹ ਗਰੜ ਕੁਰਾਨ ਦਾ ਜਿਹੜਾ ਫਰਕ ਹੈ ਹੋਰ ਵੀ ਕਿ ਮੌਤ ਦੇ ਸੰਬੰਧ ਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਉਹ ਲਿਖਦਾ ਪੜ੍ਹਨ ਆਪਾਂ ਨੂੰ ਮਿਲਦੀਆਂ ਪ੍ਰਾਪਤ ਹੁੰਦੀਆਂ ਪਰ ਇਸ ਦੇ ਉਲਟ ਜਿਸ ਵਕਤ ਆਪਾਂ ਇਹ ਗੁਰੂ ਦੀ ਬਾਣੀ ਨੂੰ ਪੜ੍ਹਦੇ ਤੇ ਉਸ ਵਕਤ ਆਪਾਂ ਨੂੰ ਪਤਾ ਲੱਗਦਾ ਕਿ ਜਿਹ ਮਾਰਗ ਕੇ ਕਦੇ ਜਾ ਕੇ ਨਾ ਗੁਰਸਾ ਇਹ ਸੰਸਾਰ ਤੋਂ ਇਹ ਪਰਲੋਕ ਦਾ ਜਿਹੜਾ ਰਸਤਾ ਹੈ ਇਹ ਕਿੰਨਾ ਲੰਬਾ ਹੈ ਕਿੰਨੇ ਕਿਲੋਮੀਟਰ ਹੈ ਇਹਨਾਂ ਦੀ ਕੋਈ ਕਿਸੇ ਨੂੰ ਪਤਾ ਬਹੁਤ ਲੰਬਾ ਹੈ ਇਹ ਜਿਹੜਾ ਪਰਲੋਕ ਦਾ ਰਸਤਾ ਹੈ ਇਸਦੇ ਵੇਚ ਉਹ ਪਤਾ ਨਹੀਂ ਹੈ ਪਰਲੋਕ ਦਾ ਜਿਹੜਾ ਰਸਤਾ ਹੈ ਇਸ ਰਸਤੇ ਦੇ ਵਿੱਚ ਇਹ ਜੀਵ ਦਾ ਕੋਈ ਜਾਣੂ ਪਹਿਚਾਣੂ ਨਹੀਂ ਇਹ ਪਰਲੋਕ ਦੇ ਰਸਤੇ ਦੇ ਵਿੱਚ ਜਿਸ ਵਕਤ ਜੀਵ ਨੂੰ ਪਿਆਸ ਆਦਿਕ ਲੱਗਦੀ ਹੈ ਭੁੱਖ ਆਦਿਕ ਲੱਗਦੀ ਹੈ ਉਸ ਵਕਤ ਕੀ ਮਿਲਦਾ ਕਿਉਂ ਕੌਣ ਸਹਾਇਤਾ ਕਰਦੇ ਜੋ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੇ ਅੰਦਰ ਜ਼ਿਕਰ ਕਰਦੇ ਹਨ ਕਿ ਭਾਈ ਇਹ ਜੀਵ ਦਾ ਇਹ ਪ੍ਰਲੋਕ ਦੇ ਰਸਤੇ ਦੇ ਵਿੱਚ ਔਰ ਪ੍ਰਲੋਕ ਦੇ ਵਿੱਚ ਜੇ ਕਾਰਜ ਕੋਈ ਸਹਾਇਤਾ ਕਰਦਾ ਕੋਈ ਮਦਦ ਕਰਦਾ ਉਹ ਕੇਵਲ ਤਾਂ ਕੇਵਲ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਸ ਪ੍ਰਾਣੀ ਨੇ ਇਹ ਸੰਸਾਰ ਦੇ ਅੰਦਰ ਜਿਉਂਦਿਆਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਸੇਵਾ ਕੀਤੀ ਹੈ ਸਿਮਰਨ ਕੀਤਾ ਉਸੇ ਰਾਹੀ ਇਹ ਪ੍ਰਲੋਕ ਦੇ ਰਸਤੇ ਦੇ ਵਿੱਚ ਇਹ ਪ੍ਰਲੋਕ ਦੇ ਰਸਤੇ ਦਾ ਜਿਹੜਾ ਮਰਜਨ ਹੈ ਉਹ ਨਾਮ ਹੀ ਇਹ ਜੀਵ ਨੂੰ ਮਿਲਦਾ ਉਹ ਅੰਧੇਰੇ ਦੇ ਵਿੱਚ ਪ੍ਰਕਾਸ਼ ਜੇ ਕਰਦੇ ਨਾ ਉਹ ਪ੍ਰਭੂ ਦਾ ਨਾਮ ਹੀ ਇਹ ਪ੍ਰਲੋਕ ਦੇ ਰਸਤੇ ਦੇ ਵਿੱਚ ਜੇਕਰ ਜਿਸ ਵਕਤ ਭੁੱਖ ਪਿਆਸ ਲੱਗਦੀ ਹੈ ਤਾਂ ਉਸ ਵਕਤ ਜਿਹੜੇ ਨਮ ਨੂਰ ਇਹ ਜੀਵ ਦੇ ਪਾਸੋਂ ਕੁਝ ਨਾ ਕੁਝ ਪਦਾਰਥ ਦੀ ਮੰਗ ਕਰਦੇ ਹੈ ਕਿ ਆਹ ਪਦਾਰਥ ਹੈ ਇਹ ਕੀਤੇ ਕਰਨ ਦਾ ਫਲ ਤੂੰ ਸਾਨੂੰ ਦੇਵੇਗਾ ਫਿਰ ਅਸੀਂ ਤੈਨੂੰਗੇ ਪਾਣੀ ਪਿਆਵਾਂਗੇ ਤੋ ਇਸ ਵਾਰ ਤੇ ਇਹ ਜਿਹੜੇ ਕਰਮ ਕਰਮ ਆਉਂਦੇ ਹੈ ਇਹ ਵੀ ਜੀਵ ਦੇ ਨਾਲ ਪ੍ਰਲੋਕ ਦੇ ਵਿੱਚ ਨਹੀਂ ਜਾਂਦੇ ਇਹ ਰਸਤੇ ਦੇ ਵਿੱਚ ਜਿਹੜੇ ਜਾਣ ਮੌਜੂਦ ਹੈ ਉਹੀ ਹੋ ਰਹੀ ਹੈ ਜਦੋਂ ਭੁੱਖ ਪਿਆਸ ਲੱਗਦੀ ਹੈ ਪਾਣੀ ਦੇਣ ਦੇ ਗਿਰਜ ਦੇ ਵਿੱਚ ਰੋਟੀ ਦੇਣ ਦੇ ਗਿਰਜ ਦੇ ਵਿੱਚ ਤੇ ਜੀਵ ਦੇ ਕੋਲ ਕੇਵਲ ਨਾ ਕੇਵਲ ਰਹਿ ਜਾਂਦਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਤੇ ਇਹ ਮਾਤਾ ਵੀ ਸਰੀਰਕਾਰੀ ਦੇ ਆਪਾਂ ਨੂੰ ਵੀ ਜੋੜਾ ਦੇ ਕੇ ਜਿਹੜੇ ਬੜੇ ਹੀ ਮੇਠ ਸੁਭਾਅ ਸਨ ਔਰ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਹੋਸਪਿਟਲ ਦੇ ਵਿੱਚ ਵੀ ਬੜੀ ਦੇਰ ਦੇ ਨਾਲ ਆਪਣੀ ਜਿਹੜੀ ਸਰਵਿਸ ਹੈ ਉਹ ਨਿਭਾਈ ਇਹਨਾਂ ਦੇ ਰੂਹ ਦੀ ਆਤਮ ਸ਼ਾਂਤੀ ਹੇਠ ਜੋ ਪਰਿਵਾਰ ਨੇ ਇਹ ਆਪਣੇ ਗ੍ਰਹਿ ਵਿਖੇ ਪਵਿੱਤਰ ਬਾਣੀ ਦੇ ਪਾਠ ਪ੍ਰਾਰੰਭ ਕਰਵਾ ਕੇ ਗੁਰਦੁਆਰੇ ਔਰ ਇੱਥੇ ਇਹ ਗੁਰੂ ਕੀ ਬਾਣੀ ਦਾ ਕੀਰਤਨ ਜਿਹੜਾ ਕਿ ਰਾਗੀ ਸਿੰਘਾਂ ਨੇ ਕੀਤਾ ਇਸ ਪਵਿੱਤਰ ਬਾਣੀ ਦਾ ਜਿਹੜਾ ਬੜਾ ਦੇਸ਼ ਹੈ ਇਹ ਵਿਚਲੀ ਰੂਹ ਨੂੰ ਇਹ ਪ੍ਰਲੋਕ ਦੇ ਰਸਤੇ ਦੇ ਵਿੱਚ ਔਰ ਪ੍ਰਲੋਕ ਦੇ ਵਿੱਚ ਆਵਾਜ਼ ਮਿਲੇਗਾ ਔਰ ਸਹਾਇਤਾ ਜਿਹੜੀ ਉਹ ਕਰੇਗੀ ਸੋ ਇਸ ਆਵਾਜ਼ ਦੇ ਭਾਈ ਆਪਾਂ ਨੂੰ ਵੀ
जो आप इस समागम के बेच एकत्रित हुए हैं इतों आप सिक्ख्या लै करके जानी चाहती है सिक्ख्या की मौत जी देवी माता जी के उपर आई एक मौत जी साडे उपर जी असा वे पूछा जाना जिथे जिथे माता जी चलेगी एक रेत असा ने भी इस रीत के आके चले जाने के इस वास्ते भाई इस मनुख शरीर सफरिया करने के वास्ते प्रभु परमेश्वर वाहिगुरु के बेच अभेद लीन होने के वास्ते मौत में एक सदा चेते रखी जहाँ लगे जिला मनुख मौत में चेते रख लिया वो कदे भी कोई पाप कर्म नहीं करता वो गुरु की शरण के आ करके नाम जपते सेवा सिमरन करते तो इस वास्ते आप भी मौत में चेते रखिए और प्रभु परमेश्वर वाहिगुरु के अभेद लीन होने वास्ते नाम जपिए सेवा सिमरन करिए सतगुरु दी बख्शा रहमत दी पात्र आप वर्णा करिए उम्मीदा आप जी ने प्रवान कर दिया और आप जी ने जिन्होंने प्यारिया के पासों खंडे पाठे का अमृत चलिया मुबारक है सतगुरु जी है ग्रह के प्रभुता बख्श कर और जिन्होंने अजे तक खंडे पाठे का अमृत नहीं छिया भाई आओ साहिब सतगुरु श्री गुरु ग्रंथ साहिब ने गल लगीए प्यारियां के पासों खंडे पाठे का अमृत छिए बजे रहता तो बाद पंजाबारा की रहता पंजाबाणियों के हेठ नहीं बन अपना ये जरा मनुखा है जन्म के शरीर भी है सो इस सफरियां का लोग सुखिए पर लोग सवेरे धनबाद है साहिब सतगुरु श्री गुरु ग्रंथ साहिब है धनबाद है समूह संगत सतगुरों की हाजरी के सखी बैठिए धनबाद है समूह परिवार का धनबाद है भाई चंद्रपाल सिंह जी जो माता जी के दास जो तस्वीर केसगढ़ साहिब देखे ये सब का भावना के जो अपनी जी की सेवा की उन्होंने का भी बहुत बहुत धनबाद उन्होंने लोगों की माफी करके फतेह बुलाओ वाहेगुरु जी का खालसा वाहेगुरु जी की फतेह। साहब श्री गुरु गोबिंद सिंह महाराज जी की बख्शी फतेह प्रवान जी वाहेगुरु जी का खालसा वाहेगुरु जी की फतेह। आप अभी सरकार जो सबका हैदी तख्त केसगढ़ साहिब ज्ञानी सुखविंदर सिंह जी ने बहुत ही वधिया ढंग दस दिता है कि आप किस मस्करिए इतने आए असी अगर माता कमला देवी बारे बोलिए ना बहुत समा भी लग सकता मैनू खुद भी लगभग 16 साल के करीब हो गए बिचद मैं कभी भी माता जी को किसी न लड़ते उच्चे बोल बोलते इन्ना वधिया सलूक इन्ना वधिया व्यवहार इन्हों का लोगों के बीच है कि उन्होंने बयान करना भी मुश्किल है। सो अज साढ़े विचकार जिते माता कमला देवी जी ने बहुत समा सर्विस की है सरकारी हॉस्पिटल डिपार्टमेंट जो है हेल्थ डिपार्टमेंट उन्होंने बीबी गुरबीर कौर जी इतने आए हुए हैं तो उन्होंने बेनती है कि वो दो शब्द माता जी बारे थोड़ा साझे कर बीबी गुरबीर कौर जी हेल्थ डिपार्टमेंट को। ਮੈਨੂੰ ਲਗਭਗ 21 ਸਾਲ ਬੀਬੀ ਕਮਲਾ ਜੀ ਨੂੰ ਅਸੀਂ ਪਿਆਰ ਬੀਬੀ ਜੀ ਕਹਿੰਦੇ ਸੀ ਉਹ ਸਾਡੀ ਮਾਤਾ ਸਮਾਨੀ ਸਨ ਉਹਨਾਂ ਨਾਲ ਮਤਲਬ ਬਿਜਤਿਆ ਹੋ ਗਿਆ ਰਿਟਾਇਰਮੈਂਟ ਤੋਂ ਬਾਅਦ ਵੀ ਹੈ ਜਦੋਂ ਮੈਂ ਉਹਨਾਂ ਨਾਲ ਪਹਿਲੀ ਵਾਰ ਸਰਵਿਸ ਕਰਨ ਆਈ ਸੀ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਜਿਹੜਾ ਸੁਭਾਅ ਸੀ ਉਹ ਬਹੁਤ ਹੀ ਜ਼ਿਆਦਾ ਮਿੱਠਾ ਸੁਭਾਅ ਸੀ ਬਹੁਤ ਹੀ ਪਿਆਰ ਭਰਿਆ
मेरे लिए तो मां समान था, बाकी सारे पाखंड ने वैसे मैं कभी स्टेज पर बोले ही नहीं आ कभी श्रद्धांजलि नहीं देखी थी पर मैं फिर निरंतर जाकर देख रहा था। दूसरी जो उन्होंने गल सीखी है मैं उनको बहुत कुछ सीखा और रात के पाने मना उन्होंने जिंदगी एक दुखांत होया पर उन्होंने उन्होंने इस बात स्वीकार कर दुखांत को भी स्वीकार किया उसका भी उन्होंने काम तो कसर नहीं किया। मैं सब चाहती हूँ कि वो बुजुर्ग घट कम कर और मैंने मिट्टी झिड़की देकर रोक नहीं वो कम करना हो और एक उन्होंने समाज में जो उन्होंने नीचे हो देखा वो जिंदगी बच्चे गरीबों बच्चों की बहुत ज़्यादा मदद कर पहली सवाल जो लैके आई थी ना मेरे को किसी किसी लिए तो जिंदगी बच्चे उसके बाद उन्होंने इस बारे में मैं की कह सकती रिटायरमेंट तो बाद भी वो साढ़े नाम नहीं चलते सन जो ही आनंदपुर साहब जाते थे साढ़े सारे स्टाफ मैंबरस फोन करके ना उन्होंने बुलाना कि मैं मिल जाऊँगा बहुत मिलन साहब वाले बहुत ही अच्छे बड़े ही ने अपने 32 साल की सर्वे उन्होंने करके सवाल में अपने नाल का कोई स्टाफ मैं लगता है उन्होंने परिवार बहुत वड्डा लॉस है उन्होंने पर जो उन्होंने जिंदगी तो सीध लैके मैं
कोई भी देगा तो कह देंदा कि बस तुसी बहुत बढ़िया हो। मैं अंदर किसी ने मुझे बोल के बुरा कहते सुनी नहीं
ਜਦੋਂ ਆਉਂਦੇ ਹੁੰਦੇ ਸਨ ਚਾਚਾ ਜੀ ਤਾਂ ਸਾਨੂੰ ਲੱਗਦਾ ਸੀ ਸਾਡੇ ਪਾਪਾ ਆ ਗਏ, ਸਾਨੂੰ ਬਹੁਤ ਕੁਛ ਲੈ ਕੇ ਆਉਂਦੇ ਸਨ, ਕਿਉਂਕਿ ਬੱਚਿਆਂ ਨੂੰ ਕੀ ਹੁੰਦਾ, ਬੱਚਿਆਂ ਨੂੰ ਤਾਂ ਖਾਣ ਪੀਣ ਨਾਲ ਹੀ ਹੁੰਦਾ, ਜਿਹੜਾ ਬੰਦਾ ਖਾਣ ਨੂੰ ਦਿੰਦਾ ਛੋਟੇ ਛੋਟੇ ਬੱਚੇ ਨੂੰ ਉਹ ਵੀ ਵਧੀਆ ਲੱਗਦਾ ਉਹਨਾਂ ਨੂੰ। ਅਤੇ ਅੱਜ ਸਾਨੂੰ ਸਾਰਿਆਂ ਨੂੰ, ਕਿਉਂਕਿ ਸਵੇਰ ਦੇ ਜਦੋਂ ਬੈਰਾਗ ਮੇ ਕੀਰਤਨ ਸੀਗਾ ਅਤੇ ਘਰ ਦੀ ਪਾਠ ਰੱਖੇ ਹੋਏ ਸਨ, ਤਾਂ ਬਹੁਤ ਬੈਰਾਗ ਮਤਲਬ ਸਾਡੇ ਆਂਸੂ ਸਾਰਿਆਂ ਦੇ ਸੰਭਾਲੇ ਨਹੀਂ ਜਾਂਦੇ ਸਨ। ਬਟ ਇੱਥੇ ਆ ਕੇ ਹੁਣ ਮੈਨੂੰ ਲੱਗਿਆ ਕਿ ਨਹੀਂ, ਸਾਨੂੰ ਸਾਡੀ ਮਾਂ 'ਤੇ ਬਹੁਤ ਜ਼ਿਆਦਾ ਮਾਣ ਹੈ, ਬਹੁਤ ਅਸੀਂ ਕੋਸ਼ਿਸ਼ ਕਰਾਂਗੇ ਜੋ ਉਹਨਾਂ ਦੇ ਅੰਦਰ ਭਾਵਨਾਵਾਂ ਸਨ ਗਰੀਬਾਂ ਲਈ, ਅਨਾਥਾਂ ਲਈ, ਬਿਰਧਾਂ ਲਈ, ਉਹ ਅਸੀਂ ਅਪਣਾਈਏ, ਉਹਨਾਂ ਦੇ ਦੱਸੇ ਰਾਹ 'ਤੇ ਚੱਲੀਏ। ਸੋ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਆਪ ਸਾਡੇ ਨਾਲ ਹੋ ਔਰ ਸਾਡੇ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹੋ। ਮੈਨੂੰ ਯਕੀਨ ਹੈ ਆਪਣੇ ਵਾਹਿਗੁਰੂ 'ਤੇ ਕਿ ਉਹ ਮੇਰੇ ਮੰਮੀ ਨੂੰ ਆਪਣੇ ਚਰਨਾਂ 'ਚ ਬਿਰਾਜਮਾਨ ਰੱਖਣਗੇ ਔਰ ਉਹਨਾਂ ਨੂੰ ਇਸ ਵਾਰ ਕੋਈ ਤਕਲੀਫ ਨਹੀਂ ਹੋਏਗੀ, ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਨੀ ਸੌ 94 ਦੇ ਵਿੱਚ ਮਾਤਾ ਜੀ ਨੇ ਹਾਸਾ ਵਾਪਿਆ ਸੀ ਕਿ ਉਹਦੇ ਬੜੇ ਬੇਟੇ ਜੋ ਸੀਗੇ ਉਹਨਾਂ ਇੱਕ ਬੰਬ ਬਲਾਸਟ ਹੋ ਗਿਆ ਸੀਗਾ, ਜਿਸਦੇ ਨਾਲ ਉਹਦੇ ਜਿਹੜੇ ਬੇਟੇ ਸੀ ਮੌਕੇ 'ਤੇ ਖਾਣਾ ਬਰਦਾ ਦੇ ਗਏ ਸਨ। ਅਤੇ ਇਹ ਮਾਤਾ ਜੀ ਨੇ ਜੋ ਹੈ 8 ਮਹੀਨੇ ਦੇ ਕੇ ਹੋਸਪਿਟਲ ਰਹੇ ਨੇ ਅਤੇ ਕਾਫੀ ਪ੍ਰੇਸ਼ਨ ਦੇ ਹੋਏ ਨੇ। ਉਸ ਦੌਰਾਨ ਵੀ ਇਹਨੀ ਆਪਣੇ ਬੱਚਿਆਂ ਨੂੰ ਇੰਨਾ ਹੋਣਾ ਤੋਂ ਇੰਨੀ ਬਹਾਦਰਤਾ ਦੇ ਨਾਲ ਟਾਈਮ ਕੱਢਿਆ, ਮੈਨੂੰ ਲੱਗਦਾ ਵੀ ਇਹ ਮਿਸਾਲ ਹੀ ਅਗਲੀ ਦੇ ਇਹੋ ਜਿਹੀਆਂ ਵੀ ਲੇਡੀਜ਼ ਹੁੰਦੀਆਂ ਨੇ ਜਿਹੜੀਆਂ ਕਿ ਆਪਣੇ ਆਪ ਨੂੰ ਆਪਣੇ ਬੱਚੇ ਨੂੰ ਇਹ ਐਂਡ ਤੱਕ ਲੈ ਜਾਂਦੀਆਂ ਜਿਸ ਕਿਤੇ ਕੋਈ ਕਮੀ ਆ ਜਾਂਦਾ। ਸੋ ਸਾਡੇ ਜਿਹੜੇ ਹਰੀਵ ਡਾਕੀ ਸੀਗੇ ਇਹਨਾਂ ਨੇ ਬੜਾ ਵਧੀਆ, ਮੈਂ ਕਈ ਕਈਆਂ ਦੇਖਦਾ ਸੀ ਕਿ ਮੈਂ ਬਾਹਰ ਜਾਣਾ ਪੈਂਦਾ ਕਈ ਵਾਰੀ ਕਿ ਉਹਦੇ ਵਚਨ ਸੁਣ ਸੁਣ ਕੇ ਕਈ ਲੋਕ ਰੋਂਦੇ ਸੀਗੇ ਕਿ ਇੰਨੇ ਪਿਆਰੇ ਵਚਨ ਕਈ ਇਹਨਾਂ ਨੇ ਇੱਥੇ ਗੀਤ ਦੇ ਵਿੱਚ ਕਹੇ ਨੇ। ਉਹ ਅੱਜ ਸਾਡੇ ਰੁਜ਼ਗਾਰ ਉਹ ਲੋਕ ਵੈਸੇ ਹਨ ਜੋ ਨਾ ਆਪਣੀ ਮੁਸ਼ਕਿਲ ਹੈ, ਜਿੱਦਾਂ ਮੰਡ ਸੋਨਵਾਲ ਜੀ ਹੈ, ਉਹ ਡਾਕਟਰ ਰੋਗ ਜੀ ਹੈ, ਅਰਦਾਸ ਸਿੰਘ ਜੀ, ਉਹ ਬਹੁਤ ਸ਼ਹੀਦਾਂ ਇੱਥੇ ਪੁੱਜੀਆਂ ਨੇ ਜੇ ਨਾ ਲੈਣ ਲੱਗੇ ਕਾਫੀ ਟਾਈਮ ਲੱਗ ਗਿਆ ਨਾ। ਅਤੇ ਹੁਣ ਇੱਥੇ ਸਮਾਪਤੀ ਹੈ, ਇਹ ਸਾਰੇ ਸ਼ਿਕਰ ਨੂੰ ਬੇਨਤੀ ਹੈ ਕਿ ਗੁਰੂ ਦਾ ਲੰਗਰ ਛੱਕ ਕੇ ਜਾਣਾ ਅਤੇ ਦੁਬਾਰਾ ਫਿਰ ਸਾਰੇ ਸ਼ਿਕਰ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਜ਼ਿਆਦਾ ਧੰਨਵਾਦ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਆਪਣਾ ਮੇਹਰ ਕਰਿਆ ਸਿਰ 'ਤੇ ਹੱਥ ਲਾ ਕੇ ਇੱਕ ਕਾਰਡ ਚਲਾਇਆ। ਅਤੇ ਧੰਨਵਾਦ ਹੈ ਸਭ ਭੈਣਾਂ ਦੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਜੀ ਦਾ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।